ਸਤਿ ਸ੍ਰੀ ਅਕਾਲ ਜੀ, ਮਾਝਾ ਮਾਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਬਾਬਾ ਫਤਿਹ ਸਿੰਘ ਜੀ ਤੇ ਇੱਕ ਬਹੁਤ ਹੀ ਸੋਹਣੀ ਕਵਿਤਾ ਤੁਹਾਡੇ ਰੂਬਰੂ ਕਰਾਂਗੀ। ਕਵਿਤਾ ਦਾ ਆਨੰਦ ਮਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੇ ਦੋਸਤੋ, ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ, ਕਿਉਂਕਿ ਅਜਿਹੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਵਾਂਗੇ। ਗੌਰ ਕਰਿਓ, ਧੰਨ ਧੰਨ ਆਨੰਦਪੁਰ ਧੰਨ ਹੋਇਆ, ਦਸਮ ਪਿਤਾ ਦੇ ਘਰ ਫਰ ਜਾਂਦੇ ਆਇਆ, ਚਿਹਰੇ ਉੱਤੇ ਜਲਾਲ ਸੀ ਕੋਈ ਨੂਰੀ, ਮਾਨੋ ਧਰਤੀ ਤੇ ਚੱਲ ਕੇ ਚਾਹੁੰਦੇ ਆਇਆ, ਜਿਹਨੇ ਤੱਕਿਆ ਉਹ ਤੱਕਦਾ ਰਹਿ ਗਿਆ ਸੀ, ਧੁਰ ਅੰਦਰੋਂ ਕੋਈ ਆਨੰਦ ਆਇਆ, ਛੋਟਾ ਲਾਡਲਾ ਫੁੱਲ ਦਸ਼ਮੇਸ਼ ਜੀ ਦਾ ਵੰਡਣ ਵਿੱਚ ਸੰਸਾਰ ਸੁਗੰਧ ਆਇਆ, ਪਾਵਨ ਪੁਰੀ ਆਨੰਦ ਤੋਂ ਵਿਦਾ ਲੈ ਕੇ ਜਦੋਂ ਨੀਲੇ ਦਾ ਸ਼ਾਹ ਸਵਾਰ ਗਿਆ, ਠਾਠਾ ਮਾਰਦੀ ਸਰਸਾ ਦੀ ਨਦੀ ਕੰਢੇ, ਕਲਗੀ ਵਾਲੇ ਦਾ ਬਿਖਰ ਪਰਿਵਾਰ ਗਿਆ, ਫਤਿਹ ਸਿੰਘ ਤੇ ਜ਼ੋਰਾਵਰ ਨਾਲ ਦਾਦੀ, ਦਸਮ ਪਿਤਾ ਨਾਲ ਜੀਤ ਜੁਝਾਰ ਗਿਆ, ਇਹੋ ਜਹੀ ਅਨਹੋਣੀ ਕੋਈ ਵਾਪਰੀ ਸੀ, ਕੋਈ ਯਾਰ ਗਿਆ ਤੇ ਕੋਈ ਪਾਰ ਗਿਆ, ਠੰਡੇ ਬੁਰਜ ਅੰਦਰ ਠੰਡੀ ਥਾਂ ਉੱਤੇ ਠੰਡੀ ਠਾਰ ਗੁਜਾਰੀ ਹਰ ਰਾਤ ਗੁਜਰੀ, ਸਮਾਂ ਬੜਾ ਭਿਆਨਕ ਹੈ ਆਉਣ ਵਾਲਾ, ਸਾਵੇਂ ਤੱਕੇ ਸਨ ਸਾਰੇ ਹਾਲਾਤ ਗੁਜਰੀ, ਆਪਣੇ ਪੁੱਤ ਦੇ ਜਿਗਰ ਦੇ ਟੁਕੜਿਆਂ ਨੂੰ ਸਮੇਂ ਸਮੇਂ ਸਮਝਾਈ ਹਰ ਬਾਤ ਗੁਜਰੀ, ਲਾਡ ਰਹੀ ਲਡਾਉਂਦੀ ਸੀ ਪੋਤਿਆਂ ਨੂੰ, ਮਾਂ ਦੀ ਮਮਤਾ ਦੀ ਮੂਰਤ ਸੀ ਮਾਤ ਗੁਜਰੀ, ਭੋਲੇ ਭਾਲੇ ਤੇ ਸਨ ਮਾਸੂਮ ਬਾਲਕ, ਫਤਿਹ ਸਿੰਘ ਤੇ ਜ਼ੋਰਾਵਰ ਦੋਵੇਂ ਸੀਨਾ ਤਾਣ ਕੇ ਖੜ ਗਏ ਨੀਹੀ ਅੰਦਰ, ਸੀਸ ਤਲੀ ਤੇ ਆਪਣੇ ਧਰ ਦੋਵੇਂ, ਜ਼ਬਰ ਜ਼ੁਲਮ ਤੇ ਧਾਰਮਿਕ ਹੱਠ ਵਾਲੀ, ਜਰ ਗਏ ਸਨ ਪੀੜ ਅਜਰ ਦੋਵੇਂ, ਲਿਖਦੇ ਲਿਖਦੇ ਆ ਸਾਕਾ ਸਰਹੰਦ ਵਾਲਾ, ਨੈਣ ਹੋ ਗਏ ਜਾਚਕ ਦੇ ਤਰ ਦੋਵੇਂ, ਬਾਲ ਉਮਰ ਚ ਫਤਿਹ ਸਿੰਘ ਸਾਹਿਬਜ਼ਾਦਾ, ਅੱਗ ਅਣਖ ਦੀ ਗਿਆ ਸੀ ਬਾਲ ਸੋਹਣਾ, ਖੇਡਾਂ ਖੇਡਦਾ ਖੇਡਦਾ ਖੇਡ ਗਿਆ, ਆਖਰ ਮੌਤ ਮਰ ਜਾਣੀ ਦੇ ਨਾਲ ਸੋਹਣਾ, ਫਤਿਹ ਸਿੰਘ ਦੇ ਫਤਿਹ ਨੇ ਕਦਮ ਚੁੰਮੇ, ਫਤਿਹ ਪਾ ਗਿਆ ਫਤਿਹ ਸਿੰਘ ਲਾਲ ਸੋਹਣਾ, ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ, ਕਲਗੀ ਧਰ ਦਾ ਨੋ ਨੇ ਹਾਲ ਸੋਹਣਾ, ਕਲਗੀ ਧਰ ਦਾ ਨੋ ਨੇ ਹਾਲ ਸੋਹਣਾ। ਧੰਨਵਾਦ ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਤੇ ਨਾਲ ਹੀ ਸਾਡੇ ਚੈਨਲ ਮਾਝਾ ਮਾਲਵਾ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।